ਹੈਲੋ ਸਾਰਿਆਂ ਨੂੰ ਰੂਬੀ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਜਿਹੜੀ ਕਹਾਣੀ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਇਹ ਹਰਪ੍ਰੀਤ ਸਿੰਘ ਜਵੰਦਾ ਦੀ ਲਿਖੀ ਹੋਈ ਹੈ ਤੇ ਇਸ ਦਾ ਸਿਰਲੇਖ ਹੈ ਪਛਤਾਵੇ ਦੀ ਅੱਗ ਤਿੰਨੋਂ ਨੂਆ ਪੁੱਤ ਪੜ ਲਿਖ ਕੇ ਸ਼ਹਿਰ ਵਸ ਗਏ ਪਰ ਬੀਜੀ ਜੱਦੀ ਪੁਰਖੀ ਘਰ ਨਾਲੋਂ ਮੋਹ ਨਾ ਤੋੜ ਸਕੇ ਬਾਕੀ ਦੀ ਜ਼ਮੀਨ ਵੰਡ ਦਿੱਤੀ ਬਸ ਦੋ ਕੁ ਵਿੱਕੇ ਕੋਲ ਰੱਖ ਲੈ ਵੱਡੀ ਨੂੰ ਬੜੀ ਹੀ ਮਿੱਠ ਬੋਲੜੀ ਸਾਰੇ ਸਿਫਤਾਂ ਕਰਦੇ ਜਦੋਂ ਵੀ ਸ਼ਹਿਰੋਂ ਪਿੰਡ ਆਉਂਦੀ ਬੀਜੀ ਜੋਗਾ ਕਿੰਨਾ ਕੁਝ ਲੈ ਕੇ ਆਉਂਦੀ ਵਿਚਲੇ ਨੂੰ ਪੁੱਤ ਰੱਬ ਦੇ ਨਾਮ ਵਾਲੇ ਤੀਰਥਾਂ ਦਾ ਪ੍ਰਸ਼ਾਦ ਦੇਣ ਹਰ ਵਾਰ ਉਚੇਚਾ ਪਿੰਡ ਆਉਂਦੇ ਕਿੰਨੀਆਂ ਗੱਲਾਂ ਕਰਦੇ ਤੇ ਫੇਰ ਆਥਣ ਵੇਲੇ ਪਿਛਾਂ ਪਰਤ ਜਾਂਦੇ ਸਭ ਤੋਂ ਛੋਟੀ ਮੂੰਹ ਫਟ ਅੱਗ ਦੀ ਨਾਲ ਬੜਬੋਲੀ ਸਿੱਧੀ ਮੂੰਹ ਤੇ ਗੱਲ ਮਾਰਨ ਵਾਲੀ ਜਦੋਂ ਵੀ ਪਿੰਡ ਆਉਂਦੀ ਕਿਸੇ ਗੱਲੋਂ ਲੜ ਪਿਆ ਕਰਦੀ ਪਿਛਲੀ ਵਾਰ ਆਈ ਨੇ ਜਦੋਂ ਮਿੱਠਾ ਖਾਣ ਤੋਂ ਮੋੜਿਆ ਤਾਂ ਗੱਲ ਵਿਗੜ ਗਈ ਵਾਪਸ ਤੁਰੀ ਜਾਂਦੀ ਨੂੰ ਬੀਜੀ ਪਿੱਛੋਂ ਉੱਚੀ ਸਾਰੀ ਆਵਾਜ਼ ਮਾਰ ਆਖਣ ਲੱਗੀ ਮਰਦੀ ਵੀ ਹੋਵਾਂਗੀ ਤਾਂ ਵੀ ਤੇਰੇ ਹੱਥ ਦਾ ਪਾਣੀ ਨਾ ਪੀਵਾਂਗੀ ਇੰਨੀ ਗੱਲ ਯਾਦ ਰੱਖੀ ਇੱਕ ਦਿਨ ਸਵਕਤੇ ਖੇਤਾਂ ਵੱਲ ਨੂੰ ਜਾਂਦੀ ਹੋਈ ਬੀਜੀ ਨੂੰ ਚੱਕਰ ਆਇਆ ਉੱਥੇ ਭੁੰਜੇ ਡਿੱਗ ਪਈ ਪੇਂਡ ਵਾਲਿਆਂ ਵੱਡੀ ਨੂੰ ਸੁਨੇਹਾ ਘੱਲ ਦਿੱਤਾ ਅੱਗੋਂ ਆਖਣ ਲੱਗੀ ਕਿ ਮੈਥੋਂ ਆਇਆ ਨਹੀਂ ਜਾਣਾ ਨਿਆਣਿਆਂ ਦੇ ਪੇਪਰ ਚੱਲਦੇ ਨੇ ਤੇ 2-3 ਦਿਨ ਸਾਹਮਣੋਂ ਫਿਰ ਦੇਖਾਂਗੀ ਵਿਚਲੀ ਨੇ ਵੀ ਫੋਨ ਕਰ ਇੰਨਾ ਆਖ ਭੇਜਿਆ ਕਿ ਅਸੀਂ ਤਾਂ ਹਜ਼ੂਰ ਸਾਹਿਬ ਅਪੜਨ ਵਾਲੇ ਆ ਹੁਣ ਤੇ ਯਾਤਰਾ ਤੋਂ ਪਰਤਣ ਮਗਰੋਂ ਹੀ ਵੇਖਾਂਗੇ ਕੀ ਕਰਨਾ ਅਚਾਨਕ ਬੀਜੀ ਨੂੰ ਵੀ ਹੋਸ਼ ਆ ਗਿਆ ਤੇ ਆਖਣ ਲੱਗੀ ਕਿ ਹੁਣ ਨਿੱਕੀ ਨੂੰ ਨੂੰ ਕੋਈ ਸੁਣਿਆ ਨਾ ਕੱਲਿਓ ਮੈਨੂੰ ਉਹਦੀ ਕਿਸੇ ਸੇਵਾ ਸੁਭਾ ਦੀ ਕੋਈ ਲੋੜ ਨਹੀਂ ਐਨੇ ਨੂੰ ਨਿੱਕੀ ਦੇ ਸੁਨੇਹ ਵਾਲਾ ਰੁੱਕਾ ਵੀ ਅਪੜ ਪਿਆ ਅੰਦਰ ਲਿਖਿਆ ਸੀ ਬੀਜੀ ਚੇਤਾ ਹੈ ਨਾ ਇੱਕ ਵਾਰ ਆਖਿਆ ਸੀ ਕਿ ਤੇਰੇ ਹੱਥ ਦਾ ਪਾਣੀ ਵੀ ਨਹੀਂ ਪੀਣਾ ਮੈਂ ਉਸੇ ਦਿਨ ਹੀ ਸੌਂਖਾ ਲਈ ਸੀ ਕਿ ਜੇ ਕਦੇ ਮੌਕਾ ਪਿਆ ਤਾਂ ਪਾਣੀ ਤਾਂ ਕੀ ਰੁਕਤੀ ਟੁੱਕ ਵੀ ਮੈਂ ਆਪਣੇ ਹੱਥੀਂ ਖਵਾਉਂ ਜੇ ਅੱਜ ਤੇਰਾ ਨਿੱਕਾ ਪੁੱਤ ਜੀਉਂਦਾ ਹੁੰਦਾ ਤਾਂ ਤੈਨੂੰ ਉਹ ਆਪ ਲੈਣ ਆਉਂਦਾ ਪਰ ਹੁਣ ਤੇਰੇ ਪੋਤਰੇ ਨੂੰ ਸਕੂਲੋਂ ਸਿੱਧਾ ਤੇਰੇ ਵੱਲ ਧੋਰ ਰਹੀਆਂ ਚੁੱਪ ਕਰਕੇ ਉਹਦੇ ਨਾਲ ਧੋਰ ਪੈਣਾ ਨਹੀਂ ਤੇ ਫਿਰ ਮੈਨੂੰ ਆਪ ਆਉਣਾ ਪਊ ਨਾਲੇ ਇੱਕ ਗੱਲ ਹੋਰ ਬਹੁਤੀਆਂ ਚੀਜ਼ਾਂ ਨਾਲ ਲਿਆਉਣ ਦੀ ਲੋੜ ਨਹੀਂ ਵਾਹਿਗੁਰੂ ਦਾ ਦਿੱਤਾ ਸਾਰਾ ਕੁਝ ਐਕ ਥੇ ਘੜੀ ਕੁ ਮਗਰੋਂ ਹੀ ਪੋਤੇ ਨਾਲ ਰਵਾਂ ਰਵੀਂ ਤੁਰੀ ਜਾਂਦੀ ਬੀਜੀ ਸਾਰੀ ਬਾਟ ਬਸ ਆਪਣੀਆਂ ਗਿੱਲੀਆਂ ਹੋਈਆਂ ਜਾਂਦੀਆਂ ਅੱਖਾਂ ਹੀ ਪੁੰਝਦੀਆਂ। ਸ਼ਾਇਦ ਗਰਮ ਲਾਵਾ પણ ਦੋਹਾਂ ਕੋਇਆਂ ਵਿੱਚੋਂ ਪਰਲ-ਪਰਲ ਵਗੀ ਤੁਰੀ ਜਾ ਰਹੀ। ਅਤੀਤ ਦੀ ਪਛਤਾਵੇ ਵਾਲੀ ਇੱਕ ਵੱਡੀ ਅੱਗ ਥੰਮਣ ਦਾ ਨਾਮ ਜੋ ਨਹੀਂ ਸੀ ਲੈ ਰਹੀ। ਧੰਨਵਾਦ।